ਤੁਸੀਂ ਸਾਰੇ ਜਣੇ ਜਾਣਦੇ ਹੋ ਸੰਦੀਪ ਨੰਗਲ ਅੰਬੀਆਂ ਦਾ ਬੜਾ ਡ੍ਰੈਡਫੁਲ ਤਰੀਕੇ ਨਾਲ ਮਰਡਰ ਹੋਇਆ ਸੀਗਾ। ਇਹ ਮਰਡਰ ਮੱਲੀਆਂ ਪਿੰਡ ਦੇ ਵਿੱਚ ਹੋਇਆ ਸੀਗਾ। ਮੋਰ ਦੈਨ 20 ਤੋਂ ਜ਼ਿਆਦਾ ਉਹਦੇ ਗੋਲੀਆਂ ਮਾਰੀਆਂ ਗਈਆਂ ਸੀ ਅਤੇ ਸ਼ੂਟਰਸ ਨੇ ਉਹਨੂੰ ਸ਼ਾਟ ਕੀਤਾ ਸੀਗਾ। ਕੁਛ ਕੁ ਕੋਂਸਪੀਰੇਟਰਸ ਦੇ ਕਹਿਣ 'ਤੇ ਜਿਹੜੇ ਕਿ ਕੁਛ ਕੁ ਕੈਨੇਡਾ ਬੈਠੇ ਸੀ ਅਤੇ ਕੁਛ ਕੁ ਇੱਥੇ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਹਾਇਰ ਕੀਤਾ ਸੀਗਾ। ਪਿਛਲੇ ਲੰਬੇ ਸਮੇਂ ਤੋਂ ਇਹ ਲੜਾਈ ਚੱਲੀ ਆ ਰਹੀ ਸੀ ਕਿ ਸ਼ੂਟਰ ਸਟਾਫ ਦਾ ਕੰਮ ਕਰਕੇ ਚਲੇ ਗਏ, ਉਹਨਾਂ ਨੇ ਤਾਂ ਸੰਦੀਪ ਵਾਲਾ ਇਹ ਜਿਹੜਾ ਮਰਡਰ ਸੀ ਕਰਤਾ, ਪਰ ਉਹਨਾਂ ਵਿੱਚੋਂ ਕੋਂਸਪੀਰੇਟਰਸ ਜਿਹੜੇ ਇੱਥੇ ਸੀਗੇ ਉਹਨਾਂ ਨੂੰ ਪੁਲਿਸ ਨੇ ਨਾਮਜ਼ਦ ਕੀਤਾ ਸੀਗਾ 14/7/2022 ਨੂੰ। ਬਟ ਅੱਜ ਤੱਕ ਉਹਨਾਂ ਦੀ ਅਰੈਸਟ ਨਹੀਂ ਹੋਈ ਸੀ, ਉਹ ਅਰੈਸਟ ਅਵੇਟ ਕਰਦੇ ਪਏ ਸੀਗੇ। ਔਰ ਲਾਸਟ 2 ਦਿਨ ਪਹਿਲਾਂ ਪੁਲਿਸ ਨੇ ਸੁਰਜਨ ਚੱਠੇ ਨੂੰ ਅਰੈਸਟ ਕੀਤਾ ਸੀਗਾ, ਜਿਹਦਾ 2 ਦਿਨ ਦਾ ਪੁਲਿਸ ਰਿਮਾਂਡ ਸੀ। ਫਸਟ ਡੇ ਇੱਕ ਪਹਿਲੇ ਦਿਨ ਰਿਮਾਂਡ ਮਿਲਿਆ, ਸੈਕਿੰਡ ਡੇ ਅਸੀਂ ਕੋਰਟ ਨੂੰ ਦਰਖਾਸਤ ਕੀਤੀ ਕਿ ਇਹ ਮੇਨ ਕੋਂਸਪੀਰੇਟਰ ਹੋਣ ਦੇ ਨਾਤੇ ਕਾਫੀ ਐਵੀਡੈਂਸ ਇਹਨਾਂ ਕੋਲੋਂ ਮਿਲ ਸਕਦਾ ਹੈ। ਜਿਹੜਾ ਕਿ ਪੁਲਿਸ ਨੂੰ ਤਫਤੀਸ਼ ਵਿੱਚ ਇਹ ਚੀਜ਼ਾਂ ਮਿਲੀਆਂ ਅਤੇ ਐਵੀਡੈਂਸ ਮਿਲਿਆ, ਇਸ ਕਰਕੇ ਪੁਲਿਸ ਨੇ ਉਹਨਾਂ ਦਾ ਫੋਨ ਜਿਹੜਾ ਆਪਣੀ ਕਸਟਡੀ 'ਚ ਲੈ ਲਿਆ ਹੈ ਅਤੇ ਉਹਨੂੰ ਅੱਗੇ ਫੋਰੈਂਸਿਕ ਦੇ ਵਿੱਚ ਜਾਂਚ ਲਈ ਭੇਜ ਦਿੱਤਾ ਹੈ, ਜਿਹੜੇ ਕਿ ਇਹ ਸਬੂਤ ਅੱਗੇ ਕੇਸ ਦੇ ਵਿੱਚ ਬਹੁਤ ਲੜਿੰਦੇ ਹੋਣਗੇ ਅਤੇ ਇਹਨਾਂ ਦਾ ਲਿੰਕ ਸਟੈਬਲਿਸ਼ ਹੋਊਗਾ ਵੀ ਜਿਹੜੇ ਮੁਲਜ਼ਮ ਸ਼ਾਰਟ ਕਰਕੇ ਗਏ ਸੰਦੀਪ ਨੂੰ, ਉਹਨਾਂ ਨੇ ਕਿਵੇਂ ਇਹਨਾਂ ਨੂੰ ਠਹਿਰਾਂ ਮੁਹੱਈਆ ਕਰਾਈਆਂ, ਕਿਵੇਂ ਇਹ ਮਰਡਰ ਪਲਾਨ ਕੀਤਾ ਅਤੇ ਕਿਵੇਂ ਇਹਨੂੰ ਐਂਡ ਤੱਕ ਲੈ ਕੇ ਗਏ। ਅਤੇ ਅੱਜ ਉਹਨਾਂ ਨੂੰ ਜੁਡੀਸ਼ਲ ਕਰ ਦਿੱਤਾ ਹੈ ਕੋਰਟ ਨੇ ਅਤੇ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ। ਤੁਸੀਂ ਸਾਰੇ ਜਣੇ ਜਾਣਦੇ ਹੋ ਸੰਦੀਪ ਨੰਗਲ ਅੰਬੀਆਂ ਦਾ ਬੜਾ ਡ੍ਰੈਡਫੁਲ ਤਰੀਕੇ ਨਾਲ ਮਰਡਰ ਹੋਇਆ ਸੀਗਾ। ਇਹ ਮਰਡਰ ਮੱਲੀਆਂ ਪਿੰਡ ਦੇ ਵਿੱਚ ਹੋਇਆ ਸੀਗਾ। ਮੋਰ ਦੈਨ 20 ਤੋਂ ਜ਼ਿਆਦਾ ਉਹਦੇ ਗੋਲੀਆਂ ਮਾਰੀਆਂ ਗਈਆਂ ਸੀ ਅਤੇ ਸ਼ੂਟਰਸ ਨੇ ਉਹਨੂੰ ਸ਼ਾਟ ਕੀਤਾ ਸੀਗਾ। ਕੁਛ ਕੁ ਕੋਂਸਪੀਰੇਟਰਸ ਦੇ ਕਹਿਣ 'ਤੇ ਜਿਹੜੇ ਕਿ ਕੁਛ ਕੁ ਕੈਨੇਡਾ ਬੈਠੇ ਸੀ ਅਤੇ ਕੁਛ ਕੁ ਇੱਥੇ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਹਾਇਰ ਕੀਤਾ ਸੀਗਾ। ਪਿਛਲੇ ਲੰਬੇ ਸਮੇਂ ਤੋਂ ਇਹ ਲੜਾਈ ਚੱਲੀ ਆ ਰਹੀ ਸੀ ਕਿ ਸ਼ੂਟਰ ਸਟਾਫ ਦਾ ਕੰਮ ਕਰਕੇ ਚਲੇ ਗਏ, ਉਹਨਾਂ ਨੇ ਤਾਂ ਸੰਦੀਪ ਵਾਲਾ ਇਹ ਜਿਹੜਾ ਮਰਡਰ ਸੀ ਕਰਤਾ, ਪਰ ਉਹਨਾਂ ਵਿੱਚੋਂ ਕੋਂਸਪੀਰੇਟਰਸ ਜਿਹੜੇ ਇੱਥੇ ਸੀਗੇ ਉਹਨਾਂ ਨੂੰ ਪੁਲਿਸ ਨੇ ਨਾਮਜ਼ਦ ਕੀਤਾ ਸੀਗਾ 14/7/2022 ਨੂੰ। ਬਟ ਅੱਜ ਤੱਕ ਉਹਨਾਂ ਦੀ ਅਰੈਸਟ ਨਹੀਂ ਹੋਈ ਸੀ, ਉਹ ਅਰੈਸਟ ਅਵੇਟ ਕਰਦੇ ਪਏ ਸੀਗੇ। ਔਰ ਲਾਸਟ 2 ਦਿਨ ਪਹਿਲਾਂ ਪੁਲਿਸ ਨੇ ਸੁਰਜਨ ਚੱਠੇ ਨੂੰ ਅਰੈਸਟ ਕੀਤਾ ਸੀਗਾ, ਜਿਹਦਾ 2 ਦਿਨ ਦਾ ਪੁਲਿਸ ਰਿਮਾਂਡ ਸੀ। ਫਸਟ ਡੇ ਇੱਕ ਪਹਿਲੇ ਦਿਨ ਰਿਮਾਂਡ ਮਿਲਿਆ, ਸੈਕਿੰਡ ਡੇ ਅਸੀਂ ਕੋਰਟ ਨੂੰ ਦਰਖਾਸਤ ਕੀਤੀ ਕਿ ਇਹ ਮੇਨ ਕੋਂਸਪੀਰੇਟਰ ਹੋਣ ਦੇ ਨਾਤੇ ਕਾਫੀ ਐਵੀਡੈਂਸ ਇਹਨਾਂ ਕੋਲੋਂ ਮਿਲ ਸਕਦਾ ਹੈ। ਜਿਹੜਾ ਕਿ ਪੁਲਿਸ ਨੂੰ ਤਫਤੀਸ਼ ਵਿੱਚ ਇਹ ਚੀਜ਼ਾਂ ਮਿਲੀਆਂ ਅਤੇ ਐਵੀਡੈਂਸ ਮਿਲਿਆ, ਇਸ ਕਰਕੇ ਪੁਲਿਸ ਨੇ ਉਹਨਾਂ ਦਾ ਫੋਨ ਜਿਹੜਾ ਆਪਣੀ ਕਸਟਡੀ 'ਚ ਲੈ ਲਿਆ ਹੈ ਅਤੇ ਉਹਨੂੰ ਅੱਗੇ ਫੋਰੈਂਸਿਕ ਦੇ ਵਿੱਚ ਜਾਂਚ ਲਈ ਭੇਜ ਦਿੱਤਾ ਹੈ, ਜਿਹੜੇ ਕਿ ਇਹ ਸਬੂਤ ਅੱਗੇ ਕੇਸ ਦੇ ਵਿੱਚ ਬਹੁਤ ਲੜਿੰਦੇ ਹੋਣਗੇ ਅਤੇ ਇਹਨਾਂ ਦਾ ਲਿੰਕ ਸਟੈਬਲਿਸ਼ ਹੋਊਗਾ ਵੀ ਜਿਹੜੇ ਮੁਲਜ਼ਮ ਸ਼ਾਰਟ ਕਰਕੇ ਗਏ ਸੰਦੀਪ ਨੂੰ, ਉਹਨਾਂ ਨੇ ਕਿਵੇਂ ਇਹਨਾਂ ਨੂੰ ਠਹਿਰਾਂ ਮੁਹੱਈਆ ਕਰਾਈਆਂ, ਕਿਵੇਂ ਇਹ ਮਰਡਰ ਪਲਾਨ ਕੀਤਾ ਅਤੇ ਕਿਵੇਂ ਇਹਨੂੰ ਐਂਡ ਤੱਕ ਲੈ ਕੇ ਗਏ। ਅਤੇ ਅੱਜ ਉਹਨਾਂ ਨੂੰ ਜੁਡੀਸ਼ਲ ਕਰ ਦਿੱਤਾ ਹੈ ਕੋਰਟ ਨੇ ਅਤੇ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ।